ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਮੈਂ ਸੁਖਜਿੰਦਰ ਮਿਸਤਰੀ, ਪਿੰਡ ਮਹਿਤਾ, ਜ਼ਿਲ੍ਹਾ ਬਠਿੰਡਾ, ਪੰਜਾਬ ਤੋਂ। ਜਿਨ੍ਹਾਂ ਦੀ ਤੁਸੀਂ ਪਹਿਲਾਂ ਫੋੜ ਵਾਲੀ ਵੀਡੀਓ ਵਾਇਰਲ ਹੋਈ ਸੀ ਉਹ ਦੇਖੀ, ਬਹੁਤ ਜ਼ਿਆਦਾ ਲਾਇਕ ਆਏ, ਬਹੁਤ ਜ਼ਿਆਦਾ ਵੀਰਾਂ ਨੇ ਕਮੈਂਟ ਕਰੇ। ਅਤੇ ਮੈਂ ਸਪੈਸ਼ਲ ਆਪਦੇ, ਮੰਨ ਲਓ ਵੀ ਫੋੜਾਂ ਦਾ ਕੰਮ ਸਪੈਸ਼ਲ ਕਰਦਾ ਗਾ, ਅਤੇ ਮੈਂ ਆਪਣੇ ਫੋੜ ਦੀ ਵੀਡੀਓ ਪਾਈ ਸੀਗੀ, ਮੋਡੀਫਿਕੇਸ਼ਨ ਕਰਿਆ ਹੋਇਆ ਗਾ ਇਹਦੇ ਬਾਰੇ, ਇਹਦੇ ਬ੍ਰੇਕਾਂ ਦੀ ਮੋਡੀਫਿਕੇਸ਼ਨ ਕਰੀ ਸੀਗੀ, ਹੋਰ ਵੀ ਇਹਦਾ ਇਲੈਕਟ੍ਰੋਨਿਕ ਮੀਟਰ ਲਾਇਆ ਸੀਗਾ, ਸਾਈਡ ਗੇਅਰ ਕਰਿਆ ਸੀਗਾ, ਸਾਰਾ ਕੰਮ ਇਹਦਾ ਕਰਿਆ ਸੀਗਾ। ਅਤੇ ਅੱਜ ਮੈਂ ਤੁਹਾਨੂੰ ਦੱਸ ਰਿਹਾ ਵੀ ਮੈਂ ਇਹ ਬ੍ਰੇਕਾਂ ਦਾ ਕੰਮ ਕਿਵੇਂ ਕਰਦਾ। ਇਹ ਫੋੜ ਆਪਣੇ ਕੋਲ ਰਾਏਕੋਟ ਕੋਲੋਂ ਆਇਆ ਗਾ, ਇਹਦੇ ਮੰਨ ਲਓ ਵੀ ਤੁਹਾਨੂੰ ਦੱਸਦੇ ਹਾਂ ਵੀ ਪਹਿਲਾਂ, ਸਾਰਿਆਂ ਤੋਂ ਪਹਿਲਾਂ ਸਟਾਰਟਿੰਗ ਦੇ ਵਿੱਚ ਵੀ ਬ੍ਰੇਕ ਕਿਉਂ ਕੰਮ ਕਰਨ ਨੂੰ ਹਟ ਜਾਂਦੇ ਆ। ਆਹ ਦੇਖੋ ਜੀ, ਇਹਦਾ ਜੀ ਇਹ ਡਰਾਮਾ ਤਿੜਕਿਆ ਹੋਇਆ ਗਾ, ਇਹ ਵੈਲਡਿੰਗ ਕਰਿਆ ਹੋਇਆ ਗਾ, ਇਹਦੇ ਵਿੱਚ ਇਹਦੀ ਸੀਲ ਲੀਕ ਹੋਈ ਹੈ, ਇਹਦੇ ਵਿੱਚ ਤੇਲ ਵੀ ਆ ਰਿਹਾ ਜੀ, ਤੇਲ ਦਾ ਕਰਕੇ ਜਿਹੜੇ ਲੈਦਰ ਹੈਗੇ ਇਹ ਕੰਮ ਕਰਨ ਨੂੰ ਹਟ ਜਾਂਦੇ, ਇਹ ਗ੍ਰਿਪ ਨਹੀਂ ਇਹਨਾਂ ਦੀ ਰਹਿੰਦੀ ਗੀ। ਕੋਈ ਵੀ ਮੰਨ ਲਓ ਬ੍ਰੇਕ ਹੈਗੇ ਡਿਸਕ ਵਾਲੇ ਆ ਚਾਹੇ ਲੈਦਰ ਵਾਲੇ ਆ, ਜਦੋਂ ਤੇਲ ਆ ਜਾਂਦਾ ਹੈਗਾ ਉਦੋਂ ਕੰਮ ਨਹੀਂ ਕਰੂਗਾ। ਇਹਦੇ ਦੋ ਕਾਰਨ ਹੋ ਸਕਦੇ ਆ ਵੀ, ਇੱਕ ਤਾਂ ਇਹਦੇ ਐਕਸਲ ਆ ਜਿਹੜੇ ਉਹ ਢਿੱਲ ਹੈਗੇ ਉਹਨਾਂ 'ਚ, ਉਹਦਾ ਕਰਕੇ ਮੰਨ ਲਓ ਵੀ ਤੇਲ ਆਉਂਦਾ ਹੈਗਾ, ਸੀਲ ਲੀਕ ਹੋ ਜਾਂਦੀ ਆ। ਜਿਵੇਂ ਹੁਣ ਇਹਦੀ ਸੀਲ ਲੀਕ ਕਰ ਗਈ, ਸੀਲ ਆਪਾਂ ਬਾਅਦ 'ਚ ਦੇਖਣੀ ਆ ਵੀ ਨਵੀਂ ਪਾਉਣ ਬਾਰੇ ਬਾਅਦ 'ਚ ਦੇਖਣੀ ਆ, ਪਹਿਲਾਂ ਇਹ ਚੀਜ਼ ਦੇਖਣੀ ਆ ਵੀ ਆਪਾਂ ਇਹ ਸੀਲ ਲੀਕ ਕਿਉਂ ਕਰਦੀ ਆ। ਠੀਕ ਹੈ ਜੀ, ਇਹਨਾਂ ਦੇ ਵੀਰੇ ਇਹਦੇ ਵਿੱਚ ਐਕਸਲ ਦੇ ਵਿੱਚ ਢਿੱਲ ਹੈ ਜਿਹੜੀ, ਸਭ ਤੋਂ ਪਹਿਲਾਂ ਤਾਂ ਆਪਾਂ ਇਹ ਕੱਢਾਂਗੇ ਜਾਂ ਸ਼ਿਮਾ ਕੱਢ ਲਾਂਗੇ, ਜਾਂ ਮੰਨ ਲਓ ਇਹਦੇ ਮਾਲ ਭਰ ਦਿਆਂਗੇ, ਇਸ ਤੋਂ ਬਾਅਦ ਇਹਨੂੰ ਖਰਾਬ 'ਤੇ ਲਾਵਾਂਗੇ, ਸੀਲ ਨਵੀਂ ਪਾਵਾਂਗੇ, ਫਿਰ ਲੀਕ ਕਰਨ ਹਟੂਗੀ ਸੀਲ। ਸਭ ਤੋਂ ਵੱਡੀ ਸਮੱਸਿਆ ਤਾਂ ਇਹਨਾਂ ਦੀ ਇਹੀ ਹੈ ਬਸ ਵੀ, ਇੱਕ ਤਾਂ ਇਹਨਾਂ 'ਚ ਤੇਲ ਆਇਆ ਹੋਇਆ ਗਾ, ਅਤੇ ਇੱਕ ਜਿਹੜੀ ਆਹ ਪਲੇ ਹੈ ਜੀ ਇਹਦੀ ਕੇਮ ਹੈ ਜੀ, ਜਿਹੜੀ ਨੇ ਮੰਨ ਲਓ ਵੀ ਕੰਮ ਕਰਨਾ ਹੈਗਾ ਬ੍ਰੇਕਾਂ ਦਾ, ਇਹਦੀ ਕੇਮ ਰਾਡ ਹੈ ਜੀ। ਅਤੇ ਇਹਦੇ ਵਿੱਚ ਜਦੋਂ ਇਹ ਇਸ ਤਰ੍ਹਾਂ ਪਲੇ ਪੈ ਰਹੀ ਆ ਤਾਂ ਇਹ ਕੰਮ ਨਹੀਂ ਕਰੂਗੀ। ਅਤੇ ਜਿਹੜਾ ਉਹ ਆਪਣੀ ਬੈਕ ਸਾਈਡ 'ਤੇ ਟਰੈਕਟਰ ਖੜ੍ਹਾ ਹੈ ਉਹਦਾ ਕੰਮ ਬ੍ਰੇਕਾਂ ਦਾ ਓਕੇ ਹੋ ਚੁੱਕਿਆ ਜੀ, ਉਹ ਤੁਹਾਨੂੰ ਦਿਖਾ ਰਹੇ ਹਾਂ ਵੀ ਕਿਵੇਂ ਮੰਨ ਲਓ ਮੋਡੀਫਿਕੇਸ਼ਨ ਹੋਈ ਹੈ ਜੀ ਉਹਦੀ। ਸਭ ਤੋਂ ਪਹਿਲਾਂ ਡਰੰਮ, ਉਹ ਟਰੈਕਟਰ ਦੇ ਡਰੰਮ ਤਿੜਕੇ ਹੋਏ ਸੀਗੇ ਜੀ, ਉਹਦੇ ਡਰੰਮ ਮੰਨ ਲਓ ਆਪਾਂ ਨਵੇਂ ਬਦਲਾਂਗੇ, ਇਹ ਡਰੰਮ ਇਹਦੇ ਬਿਲਕੁਲ ਓਕੇ ਸੀਗੇ, ਇਹ ਡਰੰਮ ਸਹੀ ਹੈ, ਇਹ ਇਸੇ ਤਰ੍ਹਾਂ ਹੀ ਰਹਿਣਗੇ ਜੀ। ਇਹਦੀ ਪਲੇ ਕੱਢ ਕੇ ਸਾਰੀ ਵੀਰੇ ਇਸ ਤਰ੍ਹਾਂ, ਕੋਈ ਇਹਦੀ ਸੀਲ ਨਹੀਂ ਲੀਕ ਹੁੰਦੀ। ਇਹਦੇ ਲੈਦਰ ਆਪਾਂ ਨਵੇਂ ਸਪੈਸ਼ਲ ਤਿਆਰ ਕਰਵਾਉਣੇ ਆ ਉਹ ਲਾਏ ਹੋਏ ਆ। ਅਤੇ ਜਿਹੜੀ ਇਹਦੀ ਕੇਮ ਵਾਲੀ ਸਮੱਸਿਆ ਤੁਹਾਨੂੰ ਉੱਧਰ ਦੱਸੀ ਸੀਗੀ, ਇਹਦੇ ਵਿੱਚ ਬਿਲਕੁਲ 1% ਵੀ ਪਲੇ ਨਹੀਂ ਹੈਗੀ, ਨਵੇਂ ਮਾਡਲ ਦੀ ਕੇਮ ਲਾਈ ਹੋਈ ਹੈ ਜੀ, ਬਣਾ ਕੇ ਆਪ ਤਿਆਰ ਕਰਦੇ ਜੀ ਆਪਾਂ ਇਹ। ਇਹਦੇ ਵਿੱਚ ਤੁਸੀਂ ਮੇਨ ਮੋਡੀਫਿਕੇਸ਼ਨ ਕੀ ਕਰਦੇ ਹੋ? ਮੇਨ ਮੋਡੀਫਿਕੇਸ਼ਨ ਤਾਂ ਇਹੀ ਹੈ ਜੀ, ਜਿਹੜੀ ਮੰਨ ਲਓ ਮੇਨ ਚੀਜ਼ ਹੈ, ਜਿਵੇਂ ਆਪਣੇ ਲੈਦਰ ਆਪਣੇ ਮੰਨ ਲਓ ਐਡਜਸਟਮੈਂਟ ਹੈ ਜੀ, ਐਡਜਸਟਮੈਂਟ ਲੈਦਰ ਲੈਦਰਾਂ ਦੀ ਕੇਮ ਨਹੀਂ ਕਰਵਾਉਣੀ ਹੈ ਜੀ ਮੇਨ। ਠੀਕ। ਅਤੇ ਜਦੋਂ ਕੇਮ ਹੀ ਮੰਨ ਲਓ ਕੰਮ ਨਹੀਂ ਕਰ ਰਹੀ ਤਾਂ ਫਿਰ ਬ੍ਰੇਕ ਵੀ ਨਹੀਂ ਕੰਮ ਕਰਨਗੇ। ਠੀਕ ਹੈ। ਅਤੇ ਕੇਮ ਅਸੀਂ ਆਪਦੇ ਤਜਰਬੇ ਨਾਲ ਨਵੀਂ ਬਣਾ ਕੇ ਲਾਈ ਹੋਈ ਹੈ, ਪੂਰੀ ਫੁੱਲ ਭਰੀ ਟਰਾਲੀ ਦੇ ਵਿੱਚ ਪੂਰੇ ਫੁੱਲ ਬ੍ਰੇਕ ਮੰਨਦਾ ਜੀ ਟਰੈਕਟਰ, ਇਹੋ ਜਿਹੀ ਗੱਲ ਨਹੀਂ ਹੈਗੀ ਜੀ, 1 ਸਾਲ ਦੀ ਇਹਨਾਂ ਦੀ ਪੂਰੀ ਫੁੱਲ ਗਰੰਟੀ ਹੈ ਜੀ। ਠੀਕ ਹੈ ਜੀ। ਅਤੇ ਇਹਦੇ ਜਿਹੜੇ ਲੈਦਰ ਆ ਉਹਦੇ ਨਾਲੋਂ ਪੁਰਾਣੇ ਲੈਦਰ ਨਾਲੋਂ ਕਿਵੇਂ ਵੱਖਰੇ ਆ ਜੀ? ਪੁਰਾਣੇ ਲੈਦਰ ਨਾਲੋਂ ਇਸ ਤਰ੍ਹਾਂ ਵੱਖਰੇ ਜੀ, ਇੱਕ ਤਾਂ ਜਿਵੇਂ ਮੰਨ ਲਓ ਲੈਦਰ ਕਈ ਵਾਰੀ ਪੂਰੇ ਪਏ ਹੁੰਦੇ ਹੈਗੇ ਅਤੇ ਉਹਨਾਂ ਦੇ ਉੱਪਰ ਕਾਰਬਨ ਜੰਮ ਜਾਂਦੀ ਹੈ, ਜਿਵੇਂ ਆਪਾਂ ਕਾਲਸ ਜੀ ਕਹਿ ਦਿੰਦੇ ਪੰਜਾਬੀ ਭਾਸ਼ਾ ਦੇ ਵਿੱਚ, ਇਹਨਾਂ ਦੇ ਉੱਪਰ ਉਹ ਸਮੱਸਿਆ ਨਹੀਂ ਬਿਲਕੁਲ ਵੀ ਆਉਂਦੀ ਜੀ। ਇਹਨਾਂ ਦੀ ਗ੍ਰਿਪ ਉਹਨਾਂ ਲੈਦਰਾਂ ਨਾਲੋਂ ਉਹਨਾਂ ਲੈਦਰਾਂ ਦੇ ਬਜਾਏ ਦੁੱਗਣੀ ਹੈ ਜੀ। ਠੀਕ ਹੈ ਜੀ। ਅਤੇ ਇਹਨਾਂ ਦੀ ਜਿਹੜੀ ਆਪਾਂ ਕਹੀਏ ਵੀ ਲਾਈਫ ਕਿੰਨੀ ਕੁ ਉਹਦੇ ਨਾਲੋਂ ਜ਼ਿਆਦਾ? ਉਹਨਾਂ ਨਾਲੋਂ ਤਕਰੀਬਨ ਦੁੱਗਣੀ ਲਾਈਫ ਆ ਜੀ, ਜੇ ਉਹ ਮੰਨ ਲਓ ਵੀ 1 ਸਾਲ ਚੱਲਦੇ ਆ ਤਾਂ ਇਹ 2 ਸਾਲ ਚੱਲਣਗੇ। ਠੀਕ ਹੈ ਜੀ। 1 ਸਾਲ ਦੀ ਤਾਂ ਇਹਨਾਂ ਦੀ ਫੁੱਲ ਗਰੰਟੀ ਦਿੰਦੇ ਜੀ ਆਪਾਂ, ਬਾਕੀ ਸਾਨੂੰ 3-3 ਸਾਲ ਵੀ ਹੋ ਗਏ ਵਿੱਚ ਤਾਂ ਲੋਕਾਂ ਦੇ ਲਾਇਆਂ ਨੂੰ। ਠੀਕ ਹੈ। ਉਹ ਮੰਨ ਲਓ ਵੀ ਗਾਹਕ 'ਤੇ ਡਿਪੈਂਡ ਹੈਗੀ ਵੀ ਜਿਹੋ ਜਿਹਾ ਕੰਮ ਲੈਂਦੇ ਆ, ਜਿਹੋ ਜਿਹੀ ਸਾਂਭ ਸੰਭਾਲ ਆ, ਜੇ ਹੁਣ ਆਪਾਂ ਇਹੀ ਚੀਜ਼ ਦੇਖਾਂਗੇ ਵੀ ਇਕੱਲੇ ਮਿਸਤਰੀ ਦੀ ਗਰੰਟੀ ਵੀ ਕੀ ਕਰੂਗੀ ਜੇ ਆਪਾਂ ਸਾਂਭ ਸੰਭਾਲ ਨਾ ਕਰਾਂਗੇ। ਠੀਕ ਹੈ ਜੀ। 3-3 ਸਾਲ ਹੋ ਗਈ ਸਾਨੂੰ ਲਾਇਆਂ ਨੂੰ, ਕੋਈ ਦਿੱਕਤ ਨਹੀਂ ਪੂਰਾ ਵੀ। ਸਾਡੇ ਕੋਲ ਗੁਰਦਾਸਪੁਰ ਏਰੀਏ ਦੇ, ਤਰਨ ਤਾਰਨ ਏਰੀਏ ਦੇ ਗੰਨੇ ਵਾਲੇ ਟਰੈਕਟਰ ਦੇਖ ਲਓ ਤੁਸੀਂ, ਗੰਨੇ ਦੀ ਟਰਾਲੀ ਹੁੰਦੀ ਕਿੰਨੀ, 80 ਕੁਇੰਟਲ ਵੇਟ ਹੁੰਦਾ ਜੀ, ਕੋਈ ਦਿੱਕਤ ਨਹੀਂ ਉਹਨੂੰ, 1% ਵੀ ਦਿੱਕਤ ਨਹੀਂ। ਠੀਕ ਹੈ ਜੀ। ਅਤੇ ਇਹਦੀ ਕੋਸਟ ਕਿੰਨੀ ਆਉਂਦੀ ਹੈ ਇਹਦੇ ਬਾਰੇ ਵੀ ਜ਼ਰੂਰ ਦੱਸੋ। ਇਹ ਜੀ ਜੇ ਮੰਨ ਲਓ ਵੀ ਡਰੰਮ ਸਹੀ ਹੈ, ਜਿਵੇਂ ਹੁਣ ਉਹ ਟਰੈਕਟਰ ਦੇ ਡਰੰਮ ਤਿੜਕੇ ਹੋਏ ਜੀ, ਉਹਦਾ ਤਾਂ 3200 ਰੁਪਏ ਦੇ ਡਰੰਮ ਹੈ ਜੀ, ਜੇ ਵਧੀਆ ਓਰਿਜਨਲ ਡਰੰਮ ਪਾਵਾਂਗੇ ਆਪਾਂ।
ਤੇ 5500 ਰੁਪਇਆ ਆਪਾਂ ਸਾਰਾ ਵਿੱਚੇ ਲੇਬਰ ਵਿੱਚੇ ਲੈਦਰ ਵਿੱਚੇ ਸਾਰਾ ਕੁਛ ਠੀਕ ਹੈ 5500 ਰੁਪਇਆ ਉਹ ਲੈਂਦੇ ਜੀ। ਇਹ ਦੋ ਤਰ੍ਹਾਂ ਦੇ ਜੀ ਸਾਡੇ ਕੋਲ ਲੈਦਰਾਂ ਵਾਲੇ 5500 ਅਤੇ 3500, ਜੇ ਮੰਨ ਲਓ ਡਰੰਮ ਸਹੀ ਆ ਅਗਲੇ ਦੇ ਤਾਂ 5500 ਅਤੇ 3500 ਦੇ ਦੋ ਤਰ੍ਹਾਂ ਦੇ ਡਰੰਮ ਬ੍ਰੇਕ ਆ ਜੀ ਆਪਣੇ ਕੋਲ। ਠੀਕ ਹਾਂਜੀ ਵੀਰ ਸੁਖਜਿੰਦਰ, ਤੁਸੀਂ ਜਿਹੜੀ ਆਪਣੀ ਵਰਕਸ਼ਾਪ ਦੇ ਵਿੱਚ ਆਪਣੇ ਤਰੀਕੇ ਦੇ ਨਾਲ ਮੋਡੀਫਿਕੇਸ਼ਨ ਕਰਦੇ ਹੋ, ਉਹ ਹੋਰ ਵਰਕਸ਼ਾਪਾਂ ਦੇ ਨਾਲੋਂ ਕਿਵੇਂ ਅਲੱਗ ਆ ਜੀ? ਹੋਰ ਵਰਕਸ਼ਾਪਾਂ ਦੇ ਨਾਲੋਂ ਇਸੇ ਤਰ੍ਹਾਂ ਹੀ ਅਲੱਗ ਆ ਜੀ। ਬਸ ਜਿਹੜਾ ਮੰਨ ਲਓ ਵੀ ਅਸੀਂ ਇਹ ਮੋਡੀਫਿਕੇਸ਼ਨ ਕੀਤੀ ਆ, ਇਹ ਅਸੀਂ ਆਪਣੇ ਲੈਵਲ 'ਤੇ ਕੀਤੀ ਆ ਜੀ। ਠੀਕ ਹੈ, ਅਸੀਂ ਕੋਈ ਕਿਸੇ ਦੀ ਕਾਪੀ ਪੇਸਟ ਨਹੀਂ ਕਰੀ। ਮੰਨ ਲਓ ਅਸੀਂ ਆਪਦਾ, ਸਾਡਾ ਆਪਦਾ 5 ਸਾਲਾਂ ਦਾ ਸਾਡਾ ਆਪਦਾ ਤਜਰਬਾ ਜੀ ਹੈ। ਸਾਨੂੰ ਇਹਦੇ ਵਿੱਚ 5 ਸਾਲਾਂ ਦੇ ਵਿੱਚ ਸਾਨੂੰ ਇਸ ਤਰ੍ਹਾਂ ਵੀ ਪਤਾ ਲੱਗਿਆ ਵੀ ਮੰਨ ਲਓ ਕਿਵੇਂ ਬ੍ਰੇਕਸ ਵੱਧ ਲੱਗਦੇ ਆ, ਕਿਵੇਂ ਘੱਟ ਲੱਗਦੇ ਆ, ਜਾਂ ਕਿਵੇਂ ਇਹਨਾਂ ਦੀ ਕੰਪਲੇਂਟ ਘੱਟ ਆਉਂਦੀ ਹੈ ਜਾਂ ਵੱਧ ਆਉਂਦੀ ਆ। ਸਾਨੂੰ ਤਿੰਨ ਸਾਲ ਤੁਹਾਨੂੰ ਦੱਸਿਆ ਵੀਡੀਓ ਦੇ ਵਿੱਚ ਵੀ 3-3 ਸਾਲ ਹੋ ਗਏ, ਸਾਨੂੰ 1% ਕੰਪਲੇਂਟ ਨਹੀਂ ਆਉਂਦੀ ਇਹਨਾਂ ਦੀ। ਅਤੇ ਕਿੱਥੋਂ ਦੇ ਫਾਰਮਰ ਆ ਜਿਹੜੇ ਹੁਣ ਤੱਕ ਤੁਹਾਡੇ ਕੋਲ ਮੋਡੀਫਿਕੇਸ਼ਨ ਕਰਵਾ? ਸਾਡੇ ਕੋਲ ਜੀ ਬਹੁਤ, ਜਿਵੇਂ ਮੰਨ ਲਓ ਵੀ ਦੂਰ ਦੇ ਫਾਰਮਰ ਅਸੀਂ ਕਹਿ ਸਕਦੇ ਹਾਂ ਵੀ ਗੁਰਦਾਸਪੁਰ ਏਰੀਏ ਦੇ, ਤਰਨ ਤਾਰਨ ਏਰੀਏ ਦੇ, ਕੁਰੂਕਸ਼ੇਤਰਾ ਸਾਈਡ ਦੇ, ਇੱਧਰ ਰਾਜਸਥਾਨ 'ਚ ਪਦਮਪੁਰ ਸਾਈਡ ਦੇ ਜੀ, ਸਰਸੇ ਦੇ, ਦੂਰੋਂ ਦੂਰੋਂ ਆਪਣੇ ਕੋਲ ਆਉਂਦੇ ਜੀ। ਠੀਕ ਹੈ ਜੀ, ਸਾਡੀ ਕੋਸ਼ਿਸ਼ ਇਹੀ ਹੈ ਜੀ ਵੀ ਮੰਨ ਲਓ ਸਾਡਾ ਕੰਮ 1 ਨੰਬਰ ਹੋਵੇ, ਗਾਹਕ ਦਾ ਕੰਮ 1 ਨੰਬਰ ਹੋਵੇ, ਗਾਹਕ ਖੁਸ਼ ਹੋਵੇ, ਸਾਡਾ ਕੰਮ ਪੂਰਾ ਤਸੱਲੀ ਬਖਸ਼ ਹੈ ਜੀ। ਮੰਨ ਲਓ ਸਾਨੂੰ ਆਪ ਨੂੰ ਵੀ, ਮਨ ਨੂੰ ਸੰਤੁਸ਼ਟੀ ਹੁੰਦੀ ਹੈ, ਗਾਹਕ ਨੂੰ ਵੀ ਸੰਤੁਸ਼ਟੀ ਹੁੰਦੀ ਹੈ, ਫਿਰ ਹੀ ਸਾਡੇ ਕੋਲ ਕੰਮ ਕਰਾਉਣ ਆਉਂਦਾ ਜੀ। ਠੀਕ ਹੈ, ਕਸਟਮਰ ਤੁਹਾਡੇ ਤੱਕ ਕਿਵੇਂ ਅਪਰੋਚ ਕਰ ਸਕਦੇ ਆ ਜੀ? ਕਸਟਮਰ ਸਾਡੇ ਵੀਡੀਓ ਦੇ ਵਿੱਚ ਵੀ ਨੰਬਰ ਦਿੱਤਾ ਹੋਇਆ ਸੀਗਾ ਜੀ, ਪਹਿਲਾਂ ਵੀ ਦਿੱਤਾ ਸੀਗਾ, ਹੁਣ ਅਸੀਂ ਆਪਣੀ ਸ਼ੌਪ ਦੀ ਲੋਕੇਸ਼ਨ ਵੀ ਸੈਂਡ ਕਰਾਂਗੇ ਜੀ। ਲੋਕੇਸ਼ਨ ਦੇ ਹਿਸਾਬ ਨਾਲ ਵੀ ਆ ਸਕਦੇ ਆ, ਸਾਡਾ ਫੋਨ ਨੰਬਰ ਹੋਊਗਾ ਬਕਾਇਦਾ, ਸਾਡੇ ਨਾਲ ਗੱਲਬਾਤ ਕਰ ਸਕਦੇ ਜੀ ਫੋਨ ਨੰਬਰ। ਤੁਹਾਡਾ ਮੋਬਾਈਲ ਨੰਬਰ ਬੋਲੋ ਜੀ। ਮੋਬਾਈਲ ਨੰਬਰ ਸਾਡਾ ਹੈਗਾ ਜੀ 9872 37596। ਇਹ ਨੰਬਰ 'ਤੇ ਸਾਡਾ 24 ਘੰਟੇ ਨੰਬਰ ਇਹ ਖੁੱਲ੍ਹਾ ਰਹਿੰਦਾ ਜੀ। ਇਸੇ 'ਤੇ ਹੀ ਸਾਡਾ ਵਟਸਐਪ ਚੱਲਦਾ ਗਾ, ਜੇ ਕਿਸੇ ਵੀਰ ਨੇ ਕੋਈ ਸਾਡੇ ਤੋਂ ਜਾਣਕਾਰੀ ਲੈਣੀ ਹੈ ਵਟਸਐਪ ਰਾਹੀਂ ਚਾਹੇ ਕਾਲ ਰਾਹੀਂ, ਇਹੀ ਨੰਬਰ ਆ ਜੀ ਸਾਡਾ ਪ੍ਰੋਪਰ। ਠੀਕ ਹੈ ਜੀ, ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ, ਧੰਨਵਾਦ ਜੀ। ਮਿਹਰਬਾਨੀ।